ਓਮ ਨਮੋ ਸ਼ਿਵਾਏ ਅਧਿਆਏ 27। ਬ੍ਰਹਮਾ ਜੀ ਨੇ ਕਿਹਾ, ਹੇ ਨਾਰਦ, ਜਦ ਹਿਮਾਚਲ ਆਪਣੇ ਭਰਾਵਾਂ, ਰਿਸ਼ਤੇਦਾਰਾਂ, ਜਨਤਾ ਨੂੰ ਨਾ ਲੈ ਕੇ ਅਗਵਾਨੀ ਲਈ ਅੱਗੇ ਆਏ, ਉਸ ਸਮੇਂ ਸ਼ਿਵਜੀ ਦੀ ਸਜੀ ਹੋਈ ਬਰਾਤ ਦੇ ਧੂਮਧਾਮ ਨੂੰ ਦੇਖ ਕੇ ਉਹ ਖੁਸ਼ੀ ਵਿੱਚ ਲੀਨ ਹੋ ਗਏ। ਉਸ ਬਰਾਤ ਦੇ ਅੱਗੇ ਹਿਮਾਚਲ ਨੇ ਆਪਣੀ ਸਾਰੀ ਸਮੱਗਰੀ ਨੂੰ ਬਹੁਤ ਤੁੱਛ ਸਿਫਰ ਸਮਝਿਆ। ਤਦ ਉਹ ਬਹੁਤ ਸ਼ਰਮਿੰਦਾ ਹੋ ਕੇ ਸ਼ਿਵਜੀ ਦੇ ਪੈਰਾਂ ਵਿੱਚ ਡਿੱਗ ਪਏ। ਉਸ ਸਮੇਂ ਸ਼ਿਵਜੀ ਨੇ ਪਿਆਰ ਵਿੱਚ ਲੀਨ ਹੋ ਕੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਚੁੱਕ ਲਿਆ। ਫਿਰ ਬਰਾਤ ਹਿਮਾਚਲ ਦੇ ਦਰਵਾਜ਼ੇ ਵੱਲ ਤੁਰ ਪਈ। ਉਸ ਸੋਹਣੀ ਬਰਾਤ ਨੂੰ ਦੇਖਣ ਲਈ ਨਗਰ ਦੀਆਂ ਸਭ ਇਸਤਰੀਆਂ ਆਪਣਾ ਆਪਣਾ ਕੰਮ ਛੱਡ ਕੇ ਘਰਾਂ ਦੀਆਂ ਛੱਤਾਂ 'ਤੇ ਜਾ ਬੈਠੀਆਂ। ਇੱਥੇ ਤੱਕ ਕਿ ਕੋਈ ਇਸਤਰੀ ਆਪਣੇ ਪਤੀ ਦਾ ਭੋਜਨ ਕਰਦੇ ਛੱਡ ਕੇ ਵੀ ਉੱਠ ਬੈਠੀ ਅਤੇ ਕਈ ਅਧੂਰਾ ਸ਼ਿੰਗਾਰ ਕੀਤੇ ਵੀ ਭੱਜੀਆਂ ਚਲੀਆਂ ਆਈਆਂ। ਉਹ ਸਭ ਸ਼ਿਵਜੀ ਦੇ ਪਰਮ ਮਨੋਹਰ ਰੂਪ ਨੂੰ ਟਿਕਰੀ ਟਿਕਰੀ ਬਣ ਕੇ ਦੇਖਦੀਆਂ ਲੱਗੀਆਂ ਅਤੇ ਗਿਰਜਾ ਦੀ ਕਿਸਮਤ ਦੀ ਸਰਾਹਨਾ ਕਰਦੇ ਹੋਏ ਬਰਾਤ ਦੇ ਉੱਪਰ ਫੁੱਲਾਂ ਦੀ ਵਰਖਾ ਕਰਨ ਲੱਗੀਆਂ। ਹੇ ਨਾਰਦ, ਇਸ ਤਰ੍ਹਾਂ ਸ਼ਿਵਜੀ ਦੀ ਬਰਾਤ ਹਿਮਾਚਲ ਦੇ ਦਰਵਾਜ਼ੇ 'ਤੇ ਜਾ ਪੁੱਜੀ। ਉਸ ਸਮੇਂ ਹਿਮਾਚਲ ਅਤੇ ਮੈਨਾ ਨੇ ਆਪਣਾ ਹੰਕਾਰ ਤਿਆਗ ਕੇ ਬਹੁਤ ਸਾਰਾ ਧਨ ਸ਼ਿਵਜੀ ਨੂੰ ਭੇਟ ਕੀਤਾ। ਉਸ ਦੇ ਬਾਅਦ ਬਰਾਤ ਦੇ ਰੁਕਣ ਲਈ ਜੋ ਨਿਵਾਸ ਬਣਾਇਆ ਗਿਆ ਸੀ, ਉਸ ਵਿੱਚ ਸਭ ਬਰਾਤੀ ਰੁਕੇ। ਗਿਰਜਾ ਨੇ ਰਿੱਧੀ ਸਿੱਧੀਆਂ ਨੂੰ ਬਰਾਤ ਦੀ ਤਰ੍ਹਾਂ ਪੂਰੇ ਹੋਣ ਦੇ ਬਾਅਦ ਹਿਮਾਚਲ ਨੇ ਬਰਾਤੀਆਂ ਨੂੰ ਕਈ ਤਰ੍ਹਾਂ ਦੇ ਸਵਾਦਲੇ ਵਿਅੰਜਨ ਖਵਾਏ। ਉਸ ਦੇ ਬਾਅਦ ਭਗਵਾਨ ਸਦਾ ਸ਼ਿਵ ਨੇ ਉਹਨਾਂ ਚਰਨ ਕਮਲਾਂ ਨੂੰ, ਜਿਨ੍ਹਾਂ ਨੂੰ ਅਸੀਂ ਅਤੇ ਵਿਸ਼ਨੂੰ ਰਾਤ ਦਿਨ ਆਪਣੇ ਦਿਲਾਂ ਵਿੱਚ ਬਿਠਾਏ ਰੱਖਦੇ ਹਾਂ, ਹਿਮਾਚਲ ਨੇ ਆਪਣੇ ਹੱਥਾਂ ਨਾਲ ਧੋਤਾ। ਭੋਜਨ ਵੇਲੇ ਬਰਾਤੀਆਂ ਨੂੰ ਜੋ ਖੁਸ਼ੀ ਹੋਈ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਪਕਸ਼, ਭੋਜ, ਲਿਹਮ ਅਤੇ ਚੰਸ਼, ਇਸ ਚਾਰੇ ਤਰ੍ਹਾਂ ਦੇ ਵਿਅੰਜਨ ਭੋਜਨ ਬਰਾਤੀਆਂ ਨੂੰ ਖਵਾਏ ਗਏ। ਜਦ ਬਰਾਤ ਭੋਜਨ ਕਰਦੇ ਜਨਵਾਸੇ ਵਿੱਚ ਲਈ ਗਈ, ਤਦ ਹਿਮਾਚਲ ਦੇ ਭਰਾਵਾਂ, ਰਿਸ਼ਤੇਦਾਰਾਂ ਨੇ ਭੋਜਨ ਪ੍ਰਾਪਤ ਕੀਤਾ। ਸ਼ਿਵਜੀ ਜਿਸ ਥਾਂ 'ਤੇ ਰੁਕੇ ਹੋਏ ਸਨ, ਉੱਥੇ ਵੱਖ ਵੱਖ ਤਰ੍ਹਾਂ ਦੇ ਨਾਚ ਅਤੇ ਗੀਤਾਂ ਦਾ ਪ੍ਰੋਗਰਾਮ ਹੋਇਆ, ਜਿਨ੍ਹਾਂ ਨੂੰ ਦੇਖ ਸੁਣ ਕੇ ਲੋਕ ਬਹੁਤ ਖੁਸ਼ ਹੁੰਦੇ ਸਨ। ਉਸ ਸਮੇਂ ਸਭ ਲੋਕ ਭਗਵਾਨ ਸਦਾਸ਼ਿਵ ਅਤੇ ਭਗਵਤੀ ਗਿਰਜਾ ਦੀ ਵਾਰ ਵਾਰ ਤਾਰੀਫ ਕਰ ਰਹੇ ਸਨ। ਇਤੀ ਅਧਿਆਇ 27 ਸਮਾਪਤ।